ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜੇ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜੇ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਅੰਜੇ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਚ ਹੋ ਰਹੇ ਡੋਪ ਟੈਸਟ ਬਾਰੇ ਅਹਿਮ ਖੁਲਾਸਾ 42 ਸਰ ਕੋਡਾਂ ਦੀ ਜਾਂਚ ਦੌਰਾਨ 51 ਲੋਕਾਂ ਦੀਆਂ ਟੈਸਟ ਰਿਪੋਰਟਾਂ ਵਿੱਚ ਪਾਈ ਗਈ ਗੜਬੜੀ ਤਾਂ ਦੋਸਤੋ ਪੰਜਾਬ ਦੇ ਵਿੱਚ ਪੈਸੇ ਲੈ ਕੇ ਡੋਪ ਟੈਸਟ ਦੀਆਂ ਰਿਪੋਰਟਾਂ ਦੇ ਵਿੱਚ ਜਾਹਿਰਾ ਫਰੀ ਕਰਨ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਵੱਡੇ ਖੁਲਾਸੇ ਕੀਤੇ ਹਨ ਮੰਗਲਵਾਰ ਨੂੰ ਸਵੇਰੇ ਦੇ ਕਈ ਹਸਪਤਾਲਾਂ ਦੇ ਵਿੱਚ ਛਾਪੇਮਾਰੀ ਕਰਕੇ ਰਿਕਾਰਡ ਜ਼ਬਤ ਕੀਤਾ ਗਿਆ ਮੁਢਲੀ ਜਾਂਚ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਡੋਪ ਟੈਸਟ ਟਰੱਕਰ ਬਣ ਵਾਲੇ ਕਈ ਵਿਅਕਤੀਆਂ ਦੀਆਂ ਫੋਟੋਆਂ ਦੇ ਵਿੱਚੋਂ ਗਾਇਬ ਪਾਈਆਂ ਗਈਆਂ ਸਨ 4200 ਲੋਕਾਂ ਦੇ ਰਕਡ ਦੀ ਜਾਂਚ ਕਰੀ ਵਿਜੀਲੈਂਸ ਨੂੰ ਸ਼ੁਰੂਆਤੀ ਤੌਰ ਤੇ 51 ਲੋਕਾਂ ਦੀ ਜਾਣਕਾਰੀ ਦੇ ਵਿੱਚ ਵੱਡੀ ਗੜਬੜੀ ਪਾਈ ਗਈ ਹੈ। ਵਿਜੀਲੈਂਸ ਨੇ ਸਿਹਤ ਵਿਭਾਗ ਨੂੰ ਸਿਫਾਰਿਸ਼ ਕੀਤੀ ਹੈ ਕਿ ਡੋਪ ਟੈਸਟ ਦਾ ਰਿਕਾਰਡ ਰੈਗੂਲਰ ਮੁਲਾਜ਼ਮਾਂ ਨੂੰ ਸੌਂਪਿਆ ਜਾਵੇ। ਡੋਪ ਟੈਸਟ ਕਰਵਾਉਣ ਵਾਲਿਆਂ ਦੀ ਵੀਡੀਓਗ੍ਰਾਫੀ ਕਰਵਾਉਣ ਦਾ ਵੀ ਸੁਝਾਅ ਦਿੱਤਾ ਗਿਆ ਹੈ। ਵਿਜੀਲੈਂਸ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਅਸਲਾ ਲਾਇਸੈਂਸ ਲੈਣ ਦੇ ਲਈ ਲੈਬ ਦੇ ਵਿੱਚ ਇਸ ਵਿਅਕਤੀ ਦੀ ਰਿਪੋਰਟਾਂ ਤਿਆਰ ਕੀਤੀ ਗਈ ਸੀ ਉਹਦੀ ਲੈਬ ਰਿਕਾਰਡ ਦੇ ਵਿੱਚ ਆ ਕੋਈ ਵੀ ਫੋਟੋ ਨਹੀਂ ਹੈ ਅਗਲੀ ਖਬਰ ਬਾਬਾ ਰਾਮ ਰੇਮ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ ਸਰਪਾਡੇਰਾ ਸਰਸਾ ਤੋਂ ਹੀ ਹੋ ਰਿਹਾ ਸਤ ਸੰਗ ਦਾ ਲਾਈਵ ਪ੍ਰਸਾਰਣ ਡੇਰਾ ਸੱਚਾ ਸੌਦਾ ਪਰਮਖ ਰਾਮ ਰੇਮ ਨੇ ਰੋਤਕ ਦੀ ਸਨਾਰੀਆ ਜੇਲ੍ਹ ਤੋਂ ਪੈਰੋਲ ਤੇ ਬਾਹਰ ਆਉਣ ਦੇ ਬਾਅਦ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੈ ਰਾਮ ਰੇਮ ਸੋਸ਼ਲ ਮੀਡੀਆ ਤੇ ਲਾਈਵ ਨਹੀਂ ਹੋ ਰਿਹਾ ਜੇਕਰ ਜੋਗਾ ਕੇ ਡੇਰਾ ਮੈਨੇਜਮੈਂਟ ਦੇ ਵੱਲੋਂ ਰਾਮ ਰੇਮ ਦਾ ਜੋ ਪੇਦੇ ਵਰਨਾਵਾ ਆਸ਼ਰਮ ਤੋਂ ਲਾਈਵ ਆਪਰ ਪ੍ਰਸਾਰਣ ਸਰਫਾ ਸਰਸਾ ਦੇ ਡੇਰਾ ਸੱਚਾ ਸੋਦਾ ਵੇਚੀ ਕੀਤਾ ਜਾ ਰਿਹਾ ਹੈ ਅਜਹਲੇ ਬੇਚਾ ਡੇਰਾ ਪ੍ਰੇਮੀਆਂ ਨੂੰ ਸੰਦੇਸ਼ ਹੈ ਕਿ ਜੇਕਰ ਉਹਨਾਂ ਨੇ ਬਾਬਾ ਜੀ ਦਾ ਸਾਥ ਸੰਗ ਸੁਣਨਾ ਹੈ ਤਾਂ ਉਹਨਾਂ ਨੂੰ ਡੇਰਾ ਸਰਸਾ ਉਨਾ ਪਵੇਗਾ ਅਜਹੇ ਬੇਚਾ ਸੋਸ਼ਲ ਮੀਡੀਆ ਦੇ ਰਾਹੀਂ ਬਾਬਾ ਰਾਮ ਰੇਮ ਦਾ ਸਾਥ ਸੰਗ ਸੁਣਨ ਵਾਲਿਆਂ ਦੇ ਵਿੱਚ ਨਿਰਾਸ਼ਾਰੀ ਭਾਵਨਾ ਹੈ ਰਾਮ ਰੇਮ ਦਾ YouTube ਅਤੇ Facebook ਦਾ ਚੈਨਲ ਤੇ ਲਾਈਵ ਆਬੰਦ ਕਰ ਦਿੱਤਾ ਗਿਆ ਤੇ ਇਸ ਦੇ ਲਈ ਸੰਗਤ ਹੁਣ ਡੇਰਾ ਸਰਸਾ ਆ ਕੇ ਸਤ ਸੰਗ ਸੁਣ ਰਹੀ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰੇ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਣ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤ ਘੰਟਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। PSEB ਦੇ ਵੱਲੋਂ ਸੈਸ਼ਨਾ 2023-24 ਦੇ ਲਈ ਫੀਸ ਜਮ੍ਹਾਂ ਕਰਵਾਉਂਦਾ ਸ਼ੈਡਿਊਲ ਜਾਰੀ ਸਕੂਲ ਮੁਖੀਆਂ ਨੂੰ ਦਿੱਤੀ ਚੇਤਾਵਨੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਸਬੰਧਤ ਸਮੂਹ ਸਕੂਲਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੈਸ਼ਨਾ 2023-24 ਦੇ ਲਈ ਆਨਲਾਈਨ ਰੀਹਟ੍ਰੇਸ਼ਨ ਕੰਟੀਨਿਊਸ਼ਨ ਕਰਨ ਦੇ ਲਈ ਆਨਲਾਈਨ ਪੋਰਟਲ 9ਵੀਂ ਅਤੇ 11ਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਲਈ 27 ਜੁਲਾਈ 2023 ਤੋਂ 3 ਅਗਸਤ 2023 ਤੱਕ ਬਿਨਾਂ ਲੇਟ ਫੀਸ ਤੇ 31 ਅਗਸਤ 2023 ਤੋਂ 21 ਸਤੰਬਰ 2023 ਤੱਕ 1500 ਰੁਪਏ ਲੇਟ ਫੀਸ ਦੇ ਨਾਲ ਅਤੇ ਇਸੇ ਤਰ੍ਹਾਂ 10ਵੀਂ ਅਤੇ 12ਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਲਈ 4 ਅਗਸਤ 2023 ਤੋਂ 6 ਸਤੰਬਰ 2023 ਤੱਕ ਬਿਨਾਂ ਲੇਟ ਫੀਸ ਆ ਅਤੇ 7 ਸਤੰਬਰ 2023 ਤੋਂ 28 ਸਤੰਬਰ 2023 ਤੱਕ 1500 ਰੁਪਏ ਲੇਟ ਫੀਸ ਦੇ ਨਾਲ ਸ਼ੈਡਿਊਲ ਨਰਦਾਰਤ ਕੀਤਾ ਗਿਆ ਹੈ। ਸੁਬਹਾਂ ਚਾ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਤੇ ਡੌਗ ਬਰੀਡਰਜ਼ ਨੂੰ ਰਾਜ ਪਸ਼ੂ ਭਲਾਈ ਬੋਰਡ ਦੇ ਨਾਲ ਰੀਅਰਟ ਰੈਡ ਕੀਤਾ ਜਾਵੇਗਾ ਖੁੱਡਗਾ ਤਾਂ ਦੋਸਤੋ ਪਸ਼ੂਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਨਾਂ ਨਾਲ ਉਹਨਾਂ ਪ੍ਰਤੀ ਬੇਰਹਿਮੀ ਭਰੇ ਵਤੀਰੇ ਨੂੰ ਰੋਕਣ ਦੇ ਲਈ ਪੰਜਾਬ ਦੇ ਪਸ਼ੂ ਪਾਲਣ ਡੈਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗਰਮੀਤ ਸਿੰਘਾ ਖੁੱਡੀਆਂ ਨੇ ਅੱਜ ਆਦੇਸ਼ ਦਿੱਤੇ ਹਨ ਕਿ ਪਾਲਤੂ ਜਾਨਵਰਾਂ ਦੀਆਂ ਸਾਰੀਆਂ ਦੁਕਾਨਾਂ ਤੇ ਡੌਗ ਬਰੀਡਰਜ਼ ਨੂੰ ਪੰਜਾਬ ਰਾਜ ਪਸ਼ੂ ਭਲਾਈ ਬੋਰਡ ਦੇ ਨਾਲ ਰੀਐਟ ਟਰਡ ਕੀਤਾ ਜਾਵੇਗਾ। ਅਗਲੀ ਖਬਰ NEET SS ਅਫਰੀਕਾ ਦੇ ਲਈ ਅਰਜੀ ਪ੍ਰਕਿਰਿਆ ਸ਼ੁਰੂ 16 ਅਗਸਤ ਹੈ ਆਖਰੀ ਮਿਤੀ। ਤਾਂ ਦੋਸਤੋ NEET SS ਪ੍ਰੀਖਿਆ ਦੇ ਲਈ ਅਰਜੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ। ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਜੀ ਇਨ ਮੈਡੀਕਲ ਸਾਇੰਸ NBEMS ਅੱਜ 27 ਜੁਲਾਈ 2023 ਨੂੰ ਦੁਪਹਿਰ 3 ਵਜੇ ਐਸ ਅਪ੍ਰਿਕਾ ਦੇ ਲਈ ਆਨਲਾਈਨ ਰੀਐਟ੍ਰੇਸ਼ਨ ਅਪਰ ਕਰਿਆ ਸ਼ੁਰੂ ਕਰੇਗਾ ਹੁਣ ਅਜੇ ਹੀ ਸਥਿਤੀ ਵਿੱਚ ਜੋ ਉਮੀਦਵਾਰ ਪ੍ਰੀਖਿਆ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ ਤੇ ਉਹ NBE ਦੀ ਅਧਿਕਾਰਤ ਸਾਈਟ netboard.edu.in ਤੇ ਜਾ ਕੇ ਅ지ਹਾ ਕਰ ਸਕਦੇ ਹਨ ਤੇ ਉਮੀਦਵਾਰਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਪਲਾਈ ਕਰਨ ਦੀ ਆਖਰੀ ਮਿਤੀ 16 ਅਗਸਤ 2023 ਹੈ ਆਖਰੀ ਮਿਤੀ ਤੋਂ ਬਾਅਦ ਕੋਈ ਵੀ ਫਾਰਮ ਸਬਕਾਰ ਨਹੀਂ ਕੀਤਾ ਜਾਵੇਗਾ। ਅਗਲੀ ਖਬਰ ਤਰਨ ਤਰਨ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ, ਦੋ ਵਿਅਕਤੀ ਗੰਭੀਰੂ ਬੱਚਾ ਜ਼ਖਮੀ। ਤਾਂ ਦੋਸਤੋ ਤਰਨ ਤਰਨ ਵਿੱਚ ਗੋਲੀਬਾਰੀ ਹੋਣ ਦੀ ਸੂਚਨਾ ਮਿਲਿਆ ਪ੍ਰਾਪਤ ਜਾਣਕਾਰ ਦੇ ਅਨੁਸਾਰ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਬਾਰੀ ਹੋਈ ਹੈ ਤੇ ਜਿਸ ਦੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਹਾਦਸੇ 'ਚ ਦਰਾਂ ਦੋ ਵਿਅਕਤੀ ਗੰਭੀਰੂ ਬੱਚਾ ਜ਼ਖਮੀ ਹੋ ਕੇ ਜਿਨ੍ਹਾਂ ਨੂੰ ਮੇਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਘਟਨਾ ਤਰਨਤਾਰਨ ਦੇ ਕਮ ਕਰਨ ਦੇ ਪਿੰਡ ਨਮਾ ਦੇ ਹੈ ਵੀਡੀਓ ਸਾਹਮਣੇ ਆਉਂਦੇ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਵਾਇਰਲ ਵੀਡੀਓ ਵਿੱਚ ਲੋਕ ਦਿਖਾਈ ਦੇ ਰਹੇ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਰਾਈਫਲ ਪੜੀ ਹੋਈ ਹੈ ਤੇ ਗੋਲੀਬਾਰੀ ਕਰ ਰਿਹਾ ਹੈ ਅਗਲੀ ਖਬਰ 3 ਸਾਲ ਦੇ ਵਿੱਚ ਪੰਜਾਬ ਤੋਂ 18908 ਕੁੜੀਆਂ ਲਾਪਤਾ ਰਿਪੋਰਟ ਦੇ ਵਿੱਚ ਹੋਇਆ ਵੱਡਾ ਖੁਲਾਸਾ ਤਾਂ ਦੋਸਤੋ ਭਾਰਤ ਵਿੱਚ ਅਕਸਰ ਆਰਤਾਂ ਤੇ ਕੁੜੀਆਂ ਦੀ ਸੁਰੱਖਿਆ ਦੇ ਲਈ ਸਰਕਾਰ ਦੇ ਵੱਲੋਂ ਕਈ ਦਾਅਵੇ ਕੀਤੇ ਜਾਂਦੇ ਹਨ ਪਰ ਸ਼ਾਇਦ ਇਹ ਦਾਅਵੇ ਮਹਿਜ ਭਾਸ਼ਣ ਦੇ ਵਿੱਚ ਹੀ ਰਹਿ ਜਾਂਦੇ ਹਨ ਤੇ ਹਾਲ ਹੀ ਦੇ ਵਿੱਚ ਗ੍ਰਹਿ ਮੰਤਰੀ ਵੱਲੋਂ ਕੁੜੀਆਂ ਤੇ ਔਰਤਾਂ ਦੇ ਲਾਪਤਾ ਹੋਣ ਦੀ ਇੱਕ ਰਿਪੋਰਟ ਸੰਸਦ ਵਿੱਚ ਪੇਸ਼ ਕੀਤੀ ਗਈ ਜਿਸ ਵਿੱਚ ਕਈ ਵੱਡੇ ਖੁਲਾਸੇ ਹੋਏ ਪੰਜਾਬ ਦੇ ਵਿੱਚ ਮਨੁੱਖੀ ਤਸਕਰੀ ਇੱਕ ਅਹਿਮ ਮੁੱਦਾ ਬਣਿਆ ਹੋਇਆ ਤੇ ਇਸ ਦਰਾਨ ਪੰਜਾਬ ਦੇ ਅੰਕੜੇ ਬੇਕ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਸ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਨਾਲੋਂ ਹਰਿਆਣਾ ਵਿੱਚ ਔਰਤਾਂ ਦੇ ਲਾਪਤਾ ਹੋਣ ਦੇ ਮਾਮਲੇ ਵੱਧ ਹਨ ਪਰ ਪੰਜਾਬ ਅਤੇ ਹਰਿਆਣਾ ਦੇ ਮੁਕਾਬਲੇ ਹਿਮਾਚਲ ਪ੍ਰਦੇਸ਼ ਵਿੱਚ ਕੁੜੀਆਂ ਤੇ ਮਹਿਲਾਵਾਂ ਦੇ ਲਾਪਤਾ ਹੋਣ ਦੇ ਮਾਮਲੇ ਬਹੁਤ ਘੱਟ ਹਨ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ 1456 ਕੁੜੀਆਂ 18 ਸਾਲ ਤੋਂ ਘੱਟ ਮਰਦੀਆਂ ਅਤੇ 4073 ਮਹਿਲਾਵਾਂ 18 ਸਾਲ ਤੋਂ ਬਾਅਦ ਮਰਦੀ ਲਾਪਤਾ ਸਨ ਇਸ ਤਰ੍ਹਾਂ 2020 ਦੇ ਬੈਚ ਦਾ ਅੰਕੜੇ ਲਗਭਗ ਬਰਾਬਰ ਹੈ ਤੇ 1401 ਕੁੜੀਆਂ ਅਤੇ 4655 ਮਹਿਲਾਵਾਂ ਲਾਪਤਾ ਹੋਆਂ ਇਸੇ ਤਰ੍ਹਾਂ 2021 ਦੇ ਬੈਚ ਆ 1893 ਕੁੜੀਆਂ ਤੇ 5410 ਮਹਿਲਾਵਾਂ ਦੇ ਗਾਇਬ ਹੁੰਦੇ ਮਾਮਲੇ ਸਾਹਮਣੇ ਆਏ ਹਨ ਦੂਜੇ ਪਾਸੇ ਹਰਿਆਣਾ ਬੈਚ ਦਾ 2019 ਬੈਚ ਦਾ 2260 ਕੁੜੀਆਂ ਅਤੇ 8043 ਮਹਿਲਾਵਾਂ 2020 ਬੈਚ 2033 ਕੁੜੀਆਂ ਤੇ 8083 ਮਹਿਲਾਵਾਂ ਅਤੇ 2021 ਬੈਚ 2277 ਕੁੜੀਆਂ ਤੇ 10345 ਮਹਿਲਾਵਾਂ ਦੇ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆਏ ਸਨ ਅਗਲੀ ਖਬਰ 2 ਅਗਸਤ ਨੂੰ ਮੜ ਹੋਵੇਗੀ ਜੀਐਸਟੀ ਕੌਂਸਲ ਦੀ ਅਹਿਮ ਮੀਟਿੰਗਾਂ ਇਹਨਾਂ ਮੁੱਦਿਆਂ ਤੇ ਹੋ ਸਕਦੀ ਹੈ ਚਰਚਾ ਤਾਂ ਦੋਸਤੋ 2 ਅਗਸਤ ਨੂੰ ਜੀਐਸਟੀ ਕੌਂਸਲ ਦੀ ਮੀਟਿੰਗ ਹੋਣ ਵਾਲੀ ਹੈ ਪਿਛਲੀ ਮੀਟਿੰਗ ਵਿੱਚ ਜੀਐਸਟੀ ਕੌਂਸਲ ਨੇ ਆਨਲਾਈਨ ਗੇਮਿੰਗ ਤੇ 28% ਜੀਐਸਟੀ ਲਗਾਉਣ ਦਾ ਫੈਸਲਾ ਕੀਤਾ ਸੀ ਪਰ ਹੁਣ ਸਰਕਾਰ ਤੋਂ ਲੈ ਕੇ ਗੇਮਿੰਗ ਇੰਡਸਟਰੀ ਤੱਕ ਇਹ ਫੈਸਲੇ ਦਾ ਪਾਰਿਵਰਧ ਹੋ ਰਿਹਾ ਤੇ ਅਜਿਹੇ ਵਿੱਚ ਆਨਲਾਈਨ ਗੇਮਿੰਗ ਕੈਸੀਨਾ ਤੇ ਹੋਰ ਸਾਰੇ ਸਿੰਘ ਤੇ 28% ਜੀਐਸਟੀ ਲਗਾਉਣ ਦੇ ਫੈਸਲੇ ਤੇ ਮਾੜਾ ਵਿਚਾਰ ਕੀਤੇ ਜਾਂਦੇ ਦੀ ਸੰਭਾਵਨਾ ਹੈ ਆਨਲਾਈਨ ਗੇਮਿੰਗ ਕੈਸੀਨਾ ਤੇ ਹੋਰ ਸਾਰੇ ਸਿੰਘ ਤੇ 28% ਜੀਐਸਟੀ ਲਗਾਉਣ ਤੋਂ ਬਾਅਦ ਐਸਾ ਬੈਠਕ ਵਿੱਚ ਕੌਂਸਲ ਦੇ ਸਾਹਮਣੇ ਜੀਐਸਟੀ ਕਾਨੂੰਨ ਵਿੱਚ ਬਦਲਾਅ ਕਰਨ ਅਤੇ ਨਿਯਮਾਂ ਦੇ ਪ੍ਰਬੰਧਕ ਲਈ ਪ੍ਰਸਤਾਵ ਰੱਖਿਆ ਜਾ ਸਕਦਾ ਹੈ। ਐਸਾ ਬੈਠਕ ਵਿੱਚ ਇਸ ਗੱਲ ਤੇ ਫੈਸਲਾ ਲਿਆ ਜਾਵੇਗਾ ਕਿ 28% ਜੀਐਸਟੀ ਐਂਟਰੀ ਵੈਲਿਊ ਤੇ ਲਗਾਏ ਜਾਵੇ ਜਾਂ ਫਿਰ ਹਰ ਦਾਤੇ। ਅਗਲੀ ਖਬਰ 1 ਅਗਸਤ ਤੋਂ ਬਦਲ ਜਾਣਗੇ ਇਹ ਨਿਯਮਾ ਤੁਹਾਡੀ ਜਿਬ ਤੇ ਪਵੇਗਾ ਸਿੱਧਾ ਅਸਰ। ਤਾਂ ਉਸ ਤੋਂ ਸਾਲ 2023 ਦਾ ਜੁਲਾਈ ਮਹੀਨਾ ਖਤਮ ਹੋਣ ਨੂੰ ਬਸ ਕੁਝ ਹੀ ਦਿਨ ਬਾਕੀ ਰਹਿ ਗਏ ਹਨ ਤੇ ਹਰ ਸਾਲ ਜੁਲਾਈ ਦਾ ਮਹੀਨਾ ਕਈ ਤਰੀਕਿਆਂ ਦੇ ਨਾਲ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਆਈਟੀਆਰ ਦਾਇਰ ਕਰਨਾ ਜ਼ਰੂਰੀ ਹੁੰਦਾ ਹੈ ਤੇ ਆਦੇ ਨਾਲ ਹੀ ਅਗਸਤ ਮਹੀਨੇ ਦੀ ਸ਼ੁਰੂਆਤ ਬਹੁਤ ਹੀ ਖਾਸ ਹੁੰਦੀ ਹੈ ਕਿਉਂਕਿ ਜਿੱਥੇ ਇਸ ਮਹੀਨੇ ਕਈ ਨਿਯਮਾਂ ਬਦਲੇ ਜਾਣਗੇ ਤੇ ਉੱਥੇ ਦੇ ਦੇ ਵਿਚ ਤਿਹਾਰਾਂ ਦੀ ਸ਼ੁਰੂਆਤ ਨੂੰ ਲੈ ਕੇ ਵੀ ਇਹ ਮਹੀਨਾ ਬਹੁਤ ਖਾਸ ਮੰਨਿਆ ਜਾਂਦਾ ਹੈ ਅਜਿਹੇ ਬੱਚਾ ਤੁਹਾਡੇ ਲਈ ਇਹਨਾਂ ਬਦਲੇ ਹੋਏ ਨੈਜਮਾ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਆਓ ਤੁਹਾਨੂੰ ਦੱਸ ਦਿਆਂ ਕਿ ਇੱਕ ਅਗਸਤ ਤੋਂ ਕਿਹੜੇ ਕਿਹੜੇ ਨੈਜਮਾ ਬਦਲਣ ਜਾ ਰਹੇ ਹਨ ਆਈਟੀਆਰ ਫਾਇਲ ਨਾ ਕਰਨ ਤੇ ਜੁਰਮਾਨਾ ਮੁਲਾਂਕਣ ਸਾਲ 2022-23 ਦੇ ਲਈ ਇਨਕਮ ਟੈਕਸ ਰਿਟਰਨ ਫਾਇਲ ਕਰਨ ਦੀ ਆਖਰੀ ਮਿਤੀ 31 ਅਗਸਤ 2023 ਹੈ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੁਣ ਤੱਕ 7 ਕਰੋੜ ਤੋਂ ਵੱਧ ਟੈਕਸਦਾਤਾ ਆਮਦਨ ਟੈਕਸ ਰਿਟਰਨ ਭਰ ਚੁੱਕੇ ਹਨ ਹਾਲਾਂਕਿ ਇਹ ਆਖਰੀ ਤਰੀਖਾਂ ਉਹਨਾਂ ਟੈਕਸ ਅਦਾਤਾਵਾਂ ਦੇ ਹਨ ਜਿਨ੍ਹਾਂ ਨੂੰ ਆਪਣੇ ਖਾਤਿਆਂ ਦਾ ਆਡਿਟ ਨਹੀਂ ਕਰਵਾਉਣਾ ਪੈਂਦਾ ਹੈ ਜੇਕਰ ਤੁਸੀਂ ਇਸ ਸਮੇਂ ਤੱਕ ਆਈਟੀਆਰ ਫਾਈਲ ਕਰਨ ਵਿੱਚ ਅਸਫਲ ਰਹਿੰਦੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ ਅਜਿਹੇ ਵਿੱਚ ਤੁਹਾਨੂੰ ਟੈਕਸ ਦੇ ਨਾਲ ਜੁਰਮਾਨਾ ਵੀ ਦੇਣਾ ਹੋਵੇਗਾ ਤੁਹਾਨੂੰ ਦੱਸ ਦੇ ਕਿ ਆਈਟੀਆਰ ਦੇਰੀ ਦੇ ਨਾਲ ਫਾਇਲਾ ਕਰਨਤੇ ਟੈਕਸ ਅਦਤਾਂ ਨੂੰ 5000 ਰੁਪਏ ਤੱਕ ਦਾ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਬਦਲਾ। ਦੇਸ਼ ਭਰ ਦੇ ਵਿੱਚ ਹਰ ਮਹੀਨੇ ਗੈਸ ਸਿਲੰਡਰ ਦੀਆਂ ਕੀਮਤਾਂ ਸੋਧੀਆਂ ਜਾਂਦੀਆਂ ਤੇ ਇਸ ਵਾਰ ਵੀ ਅਗਸਤ ਮਹੀਨੇ ਵਿੱਚ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਬਦਲਾ ਹੋ ਸਕਦਾ ਹੈ। ਐਲਪੀਜੀ ਸਿਲੰਡਰ ਦੇ ਨਾਲ ਤੇਲ ਮਾਰਕੀਟਿੰਗਾਂ ਕੰਪਨੀਆਂ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੀ ਬਦਲਾ ਕਰ ਸਕਦੀਆਂ ਹਨ। ਆਮ ਤੌਰ ਤੇ ਇਹ ਕੰਪਨੀਆਂ ਹਰ ਮਹੀਨੇ ਦੇ ਪਹਿਲੇ ਅਤੇ 16 ਤਰੀਕ ਨੂੰ ਐਲ ਪੀ ਜੇ ਦੀਆਂ ਕੀਮਤਾਂ ਬਦਲਦਿਆਂ ਅਤੇ ਇਸ ਤੋਂ ਇਲਾਵਾ ਪੀ ਐਨ ਜੀ ਅਤੇ ਸੀ ਐਨ ਜੀ ਦੇ ਰੇਟਾਂ ਵਿੱਚ ਵੀ ਵੱਡਾ ਬਦਲਾ ਦੇਖਿਆ ਜਾ ਸਕਦਾ ਹੈ। ਅਗਸਤ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ ਇਸ ਵਾਰ ਅਗਸਤ ਮਹੀਨੇ ਵਿੱਚ ਬੈਂਕ ਦੀਆਂ ਬੈਂਕ ਵਿੱਚ ਛੁੱਟੀਆਂ ਦੇ ਪਰਮਾਰ ਹੈ। ਰੱਖੜੀ, ਮੁਹਾਰਮ ਅਤੇ ਹੋਰ ਅਕਈ ਤਿਹਾਰਾਂ ਦੇ ਕਾਰਨ ਵੱਖ-ਵੱਖ ਰਾਜਾਂ ਦੇ ਵਿੱਚ ਕੁੱਲ 14 ਦਿਨ ਬੈਂਕ ਬੰਦ ਰਹਿਣ ਵਾਲੇ ਹਨ ਤੇ ਇਸ ਦੇ ਨਾਲ ਹੀ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ ਐਮਪੀ ਸੰਜੇ ਸਿੰਘ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਦੇਸ਼ ਦੇ ਲਈ ਘਾਤਕ ਸਾਬਤ ਹੋ ਰਹੀ ਹੈ ਨਫਰਤ ਦੀ ਰਾਜਨੀਤੀ ਤਾਂ ਦੋਸਤੋ ਮਨੀਪੁਰ ਦੇ ਵਿੱਚ جاری ਹਿੰਸਾ ਦੇ ਵਿਰੁੱਧ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਵੱਲੋਂ ਸੰਸਦ ਕੰਪਲੈਕਸ ਵਿੱਚ ਧਰਨਾ ਚੌਥੇ ਦਿਨ ਵੀ ਜਾਰੀ ਹੈ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਸੰਸਦ ਦਾ ਪਵਨਾ ਕੰਪਲੈਕਸ ਆ ਪਹੁੰਚਿਆ ਤੇ ਸੰਜੀਵ ਸੰਘ ਦੇ ਨਾਲ ਮੁਲਾਕਾਤ ਕੀਤੀ ਐਸ ਦੌਰਾਨ ਦੋਵਾਂ ਵਿਚਾਲੇ ਕੇਂਦਰ ਸਰਕਾਰ ਦੀਆਂ ਲੋਕਾਂ ਵਿਰੋਧੀ ਨੀਤੀਆਂ ਤੇ ਚਰਚਾ ਹੋਈ ਦੂਜੇ ਪਾਸੇ ਸਫਾ ਨੇਤਾ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਲੇਸ਼ ਯਾਦਵ ਨੇ ਵੀ ਸੰਜੀਵ ਸੰਘ ਦੇ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਸਮਰਥਨ ਦਿੱਤਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੀਵ ਸੰਘ ਦੇ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕਬੂਤਰ ਅੱਖਾਂ ਬੰਦ ਕਰ ਲਵੇ ਤਾਂ ਵਿਲੇ ਦਾ ਹਮਲਾ ਨਹੀਂ ਰੁਕਦਾ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਣੀਪੁਰ ਦੇ ਸੰਕਟ ਨੂੰ ਪਛਾਣ ਕੇ ਸਦਨ ਦੇ ਵਿੱਚ ਜਵਾਬ ਦੇਣ ਲਈ ਕਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਅੱਖਾਂ ਬੰਦ ਕਰਨ ਦੇ ਨਾਲ ਕੰਮ ਨਹੀਂ ਚੱਲੇਗਾ ਸੰਜੇ ਸਿੰਘ ਨੇ ਮਣੀਪੁਰ ਦਾ ਮੁੱਦਾ اٹھਾਇਆ ਤਾਂ ਉਹਨਾਂ ਨੂੰ ਮੋਤਲ ਕਰ ਦਿੱਤਾ ਗਿਆ ਇਹ ਅਤੇ ਨਿੰਦਣਯੋਗ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਹਨਾਂ ਨੇ ਲੋਕ ਸਭਾ ਮੈਂਬਰ ਰਹਿੰਦਾ ਕਈ ਵਾਰ ਅਜੇ ਹਾਲਾਤ ਦੇਖਿਆਂ ਤੇ ਉਹਨਾਂ ਦਾ ਕਹਿਣਾ ਕਿ ਨਫਰਤ ਦੀ ਰਾਜਨੀਤੀ ਦੇ ਇਸ ਦੇ ਲਈ ਕਾਤਕ ਸਾਹਤ ਹੋ ਰਹੀਆ ਮਣੀਪਰ ਦੇ ਹਾਲਾਤ ਨਫਰਤ ਦੀ ਰਾਜਨੀਤੀ ਦਾ ਹੀ ਨਤੀਜਾ ਸਾਡੇ ਰਾਜਪਾਲ ਤਾਂ ਗੱਲ-ਗੱਲ ਤੇ ਚਿੱਠੀਆਂ ਭੇਜ ਦਿੰਦੇ ਨੇ ਹੁਣ ਮਣੀਪਰ ਦੇ ਰਾਜਪਾਲ ਕਿਉਂ ਨਹੀਂ ਬੋਲ ਰਹੇ ਰਾਜਪਾਲ ਸੁਭਰ ਬੈਚਾ ਕੇਂਦਰ ਸਰਕਾਰ ਦਾ ਨੁਮਾਇੰਦਾ ਹੁੰਦਾ ਹੈ ਤੇ ਉਸਨੇ ਕਾਨੂੰਨਾ ਬਵਸਥਾ ਨੂੰ ਦੇਖਣਾ ਹੁੰਦਾ ਹੈ ਮਣੀਪਰ ਦੇ ਬੈਚਾਰਾ ਹਟਰਪਤੀ ਸੈਸ਼ਨ ਲਾਗੂ ਕੀਤਾ ਜਾਣਾ ਚਾਹੀਦਾ ਹੈ